ਮਾਰੀ ਕਰਦਾ ਮੈਂ ਗਲੀ ਚੋਂ ਲੰਘਿਆ ਨਿੱਕੇ ਜਿਹੇ ਛੱਤੜੇ ਚੋਂ ਕੋਈ ਖੰਘਿਆ ਝਾਤ ਮਾਰ ਜਦੋਂ ਮੈਂ ਅੰਦਰ ਲੰਘਿਆ ਉਹਨੇ ਮੇਰੇ ਕੋਲੋਂ ਫੇਰ ਪਾਣੀ ਮੰਗਿਆ ਨਿੱਕੀ ਜੀ ਤੌੜੀ ਗਲਾਸ ਬਾਟੀ ਤੇ ਸ਼ਾਬਾ ਸੀ ਅਲਾਣੀ ਜੀ ਮੰਜੀ ਤੇ ਪਿਆ 80 ਸਾਲਾ ਬਾਬਾ ਸੀ ਤੌੜੀ ਚੋਂ ਪਾਣੀ ਮੈਂ ਗਲਾਸ ਚ ਪਾ ਲਿਆ ਫੜ ਕੇ ਗਲਾਸ ਬਾਬੇ ਮੂੰਹ ਨੂੰ ਲਾ ਲਿਆ ਪਹਿਚਾਣਿਆ ਨੀ ਸ਼ੇਰਾ ਕਿਹੜਾ ਤੂੰ ਭਾਈ ਓਏ ਕਿੱਥੇ ਨੇ ਘਰ ਕਿਹੜੇ ਪਿੰਡ ਦਾ ਗਰਾਈ ਓਏ ਮੈਂ ਕਿਹਾ ਬਜ਼ੁਰਗੋ ਤੁਹਾਡੇ ਪਿੰਡ ਚ ਮਾਸਟਰ ਸਰਕਾਰੀ ਆ ਲਾਈ ਮੇਰੀ ਡਿਊਟੀ ਕਰਦਾ ਮਰਦਮ ਸ਼ੁਮਾਰੀ ਆ ਤੁਹਾਡਾ ਮੈਂ ਸਾਰਾ ਘਰਵਾਰ ਲਿਖਣਾ ਹੈ ਕਿੰਨੇ ਹੋ ਮੈਂਬਰ ਤੁਸੀਂ ਪੂਰਾ ਪਰਿਵਾਰ ਲਿਖਣਾ ਸੁਣ ਕੇ ਇਹ ਮੱਧਮ ਅੱਖਾਂ ਦੇ ਵਿੱਚ ਪਾਣੀ ਆ ਗਿਆ ਜਾਂਦਾ ਜਾਂਦਾ ਹੰਝੂ ਬਾਬੇ ਨੂੰ ਰੁਆ ਗਿਆ ਹੌਸਲਾ ਜਿਹਾ ਕਰ ਫਿਰ ਬਾਬਾ ਬੋਲਿਆ ਜ਼ਿੰਦਗੀ ਦਾ ਉਹਨੇ ਫਿਰ ਰਾਜ ਖੋਲਿਆ ਚਾਰ ਪੁੱਤ ਪੰਜ ਪੋਤੇ ਵੱਡਾ ਪਰਿਵਾਰ ਸੀ ਕਿਸੇ ਵੇਲੇ ਸ਼ੇਰਾ ਮੈਂ ਨੱਥਾ ਸਿੰਘ ਸਰਦਾਰ ਸੀ ਮਿੱਟੀ ਨਾਲ ਮਿੱਟੀ ਹੋ ਕੇ ਕਰੀਆਂ ਕਮਾਈਆਂ ਓਏ ਪੈਰਾਂ ਵਿੱਚ ਦੇਖ ਸ਼ੇਰਾ ਪਾਟੀਆਂ ਵਿਆਈਆਂ ਓਏ ਕੰਮ ਕਰ ਕਰ ਹੱਥਾਂ ਦੀਆਂ ਮਿੱਟੀਆਂ ਲਕੀਰਾਂ ਓਏ ਪੁੱਤ ਪੋਤਿਆਂ ਲਈ ਬਣਾ ਦਿੱਤੀਆਂ ਜ਼ੰਗੀਰਾਂ ਓਏ ਗੋਡੇ ਮੋਢੇ ਫਿਰ ਮੇਰੇ ਦੇ ਗਏ ਜਵਾਬ ਸੀ ਪੁੱਤ ਮੇਰੇ ਲੱਗੇ ਉਦੋਂ ਕਰਨ ਹਿਸਾਬ ਸੀ ਖੇਤ ਕਰ ਸੰਦ ਪੈੜਾ ਸਭ ਦਾ ਹਿੱਸਾ ਪੈ ਗਿਆ ਪਰ ਤੇਰਾ ਇਹ ਬਾਬਾ ਸ਼ੇਰਾ ਅਣਵੰਡਿਆ ਹੀ ਰਹਿ ਗਿਆ ਜੀਵਨ ਸਾਥਣ ਵੀ ਮੇਰੀ ਛੱਡ ਅੱਧ ਵਿਚਕਾਰ ਗਈ ਥੋੜਾ ਚਿਰ ਹੋਇਆ ਪੁੱਤਾ ਸਵਰਗ ਸੁਧਾਰ ਗਈ ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ ਚ ਬਹਿੰਦੇ ਨੇ ਸਾਡੇ ਬੁੜੇ ਨੇ ਕੀ ਕੀਤਾ ਹੈ ਅਜੇ ਲੋਕਾਂ ਕੋਲੇ ਕਹਿੰਦੇ ਨੇ ਕੋਠੀਆਂ ਚੋਂ ਨਿਕਲ ਮੰਜਾ ਬਗਲ ਚ ਡਹਿ ਗਿਆ ਨੱਥਾ ਸਿੰਘ ਸਰਦਾਰ ਹੋਏ ਹੁਣ ਨੱਥੂ ਬੁੜਾ ਰਹਿ ਗਿਆ ਲੋਕੋਂ ਲੱਜੋ ਡਰਦਿਆਂ ਇੱਕ ਦੂਜੇ ਦੀ ਗੱਲ ਮੰਨ ਲਈ ਮਹੀਨਾ ਮਹੀਨਾ ਸਾਹਮਣੇ ਦੀ ਚਾਰਾਂ ਨੇ ਬਾਰੀ ਬੰਨ ਲਈ 30 ਤੇ 31 ਦਿਨਾਂ ਦਾ ਸ਼ੇਰਾ ਫਿਰ ਪੰਗਾ ਪੈ ਗਿਆ ਮਾਰਚ ਮਈ ਵਾਲੇ ਕਹਿੰਦੇ ਬੁੜਾ ਇੱਕ ਦਿਨ ਵੱਧ ਰਹਿ ਗਿਆ ਚਾ ਇੱਕ ਗੱਲ ਕੰਨੀ ਪਾ ਦੇ ਆਪਣੀ ਤੂੰ ਸਰਕਾਰ ਦੇ ਹਰ ਬਾਜ਼ੀ ਦੇ ਜੇਤੂ ਹੁੰਦੇ ਜਿਹੜੇ ਔਲਾਦ ਹੱਥੋਂ ਹਾਰਦੇ ਤੁਸੀਂ ਕਹਿੰਦੇ ਆ ਤਰੱਕੀ ਅਸੀਂ ਕਰ ਲਈ ਓਏ ਕਿਉਂ ਇੱਕ ਗੱਲ ਭੁੱਲਦੇ ਇਹ ਤਰੱਕੀਆਂ ਨੇ ਲੋਕੋ ਕਾਹਦੀਆਂ ਜਿੱਥੇ ਬਾਗਬਾਨ ਰੁਲਦੇ ਮੈਨੂੰ ਮਾਫ ਕਰੀ ਮੇਰੇ ਪੁੱਤਰਾ ਮੈਂ ਤਾਂ ਜਜ਼ਬਾਤੀ ਹੋ ਗਿਆ ਤੂੰ ਭਰਨੇ ਸੀ ਫਾਰਮ ਦੇ ਖਾਨੇ ਮੈਂ ਦੁੱਖ ਆਪਣੇ ਹੀ ਰੋ ਗਿਆ ਚਹਿਲ ਉੱਠ ਖੜਾ ਬੇਵੱਸ ਹੋ ਕੇ ਅੱਖਾਂ ਚੋਂ ਖਾਰਾ ਪਾਣੀ ਬਹਿ ਗਿਆ ਪਿੰਨ ਡਿੱਗ ਪਿਆ ਹੱਥ ਵਿੱਚੋਂ ਮੇਰੇ ਫਾਰਮ ਵੀ ਖਾਲੀ ਰਹਿ ਗਿਆ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ ਨਾ ਰੌਣਕਾਂ ਘਟਾਇਓ ਸੋਹਣਿਓ ਇਹ ਮਾਲੀ ਨੇ ਉਹ ਬੂਟੇ ਲਾਉਣ ਵਾਲੇ ਧੁੱਪੇ ਨਾ ਬਿਠਾਇਓ ਸੋਹਣਿਓ ਧੁੱਪੇ ਨਾ ਬਿਠਾਇਓ ਸੋਹਣਿਓ ਧੁੱਪੇ ਨਾ ਬਿਠਾਇਓ 2 ਕੁ ਸਾਲ ਬਾਅਦ ਘਰੋਂ ਜਾਣਾ ਪਿਆ ਬਾਹਰ ਸੀ ਚੰਡੀਗੜ੍ਹ ਮੇਰਾ ਇੱਕ ਲੱਗਿਆ ਸੈਮੀਨਾਰ ਸੀ ਘੁੰਮਦਾ ਸੀ ਫਿਰਦਾ ਮੈਂ ਜਿੱਦੇ ਐਤਵਾਰ ਸੀ ਪਾਰਕ ਚ ਬੈਠਾ ਬਾਬਾ ਪੜੀ ਜਾਂਦਾ ਅਖਬਾਰ ਸੀ ਚੇਤੇ ਆ ਗਈ ਮੈਨੂੰ ਇੱਕ ਗੱਲ ਪੁਰਾਣੀ ਸੀ ਸ਼ਕਲ ਤਾਂ ਇਹ ਲੱਗਦੀ ਮੈਨੂੰ ਜਾਣੀ ਪਹਿਚਾਣੀ ਸੀ ਚਿੱਟੇ ਕੱਪੜੇ ਪਾਏ ਸੋਹਣੀ ਬੰਨੀ ਦਸਤਾਰ ਸੀ ਇਹ ਤਾਂ ਉਹੀਓ ਬਾਬਾ ਨੱਥਾ ਸਿੰਘ ਸਰਦਾਰ ਸੀ ਕੋਲ ਜਾ ਕੇ ਬੁਲਾਈ ਮੈਂ ਸਤਿ ਸ੍ਰੀ ਅਕਾਲ ਸੀ ਉਹਨਾਂ ਨੇ ਵੀ ਮੇਰੇ ਵੱਲ ਕੀਤਾ ਖਿਆਲ ਸੀ ਮੱਥੇ ਉੱਤੇ ਹੱਥ ਰੱਖ ਕੱਢੀ ਉਹਨਾਂ ਸਿਆਣ ਸੀ ਫੇਰ ਬਾਬਾ ਜੀ ਨੇ ਮੈਨੂੰ ਲਿਆ ਪਹਿਚਾਣ ਸੀ ਮੈਂ ਬਾਬਾ ਜੀ ਨੂੰ ਪੁੱਛਿਆ ਇੱਕੋ ਸਵਾਲ ਜੀ ਕਿ ਪਿੰਡੋਂ ਤੁਸੀਂ ਚੰਡੀਗੜ੍ਹ ਆਏ ਕਿਹਦੇ ਨਾਲ ਜੀ ਪੁੱਤ ਪੋਤਿਆਂ ਦੀ ਸ਼ੇਰਾ ਤੈਨੂੰ ਦੱਸੀ ਸੀ ਕਹਾਣੀ ਮੈਂ ਭੁੱਲ ਗਿਆ ਦੱਸਣੀ ਆਪਣੀ ਇੱਕ ਧੀ ਰਾਣੀ ਮੈਂ ਪਿੰਡ ਜਦੋਂ ਗਈ ਦੇਖਿਆ ਉਰੇ ਤੇ ਪਰੇ ਹੈ ਛੋਟਾ ਪੋਤਾ ਕਹਿੰਦਾ ਭੂਆ ਬਾਪੂ ਤਾਂ ਬਾਹਰਲੇ ਘਰੇ ਹੈ
ਭੱਜੀ ਭੱਜੀ ਉਹ ਜਦ ਆਈ ਮੇਰੇ ਵੱਲ ਸੀ ਭੁੱਬਾ ਮਾਰ ਦੱਸ ਦਿੱਤੀ ਮੈਂ ਤਾਂ ਸਾਰੀ ਗੱਲ ਸੀ ਜਿਸ ਟਾਣੇ ਤੇ ਬੈਠੇ ਸੀ ਉਹੀਓ ਧੀਏ ਵੱਢਤਾ ਘਰ ਦੇ ਮਾਲਕ ਨੂੰ ਹੀ ਧੀਏ ਘਰੋਂ ਬਾਹਰ ਕੱਢਤਾ ਸੁਣਿਆ ਉਸ ਨੇ ਜਦੋਂ ਮੇਰਾ ਹਾਲ ਸੀ ਰੋ ਰੋ ਮਰ ਜਾਣੀ ਹੋ ਗਈ ਬੇਹਾਲ ਸੀ ਮੇਰੇ ਨਾਲ ਚੱਲੋ ਸੰਭਾਲ ਕਰੂੰ ਮੈਂ ਆਪ ਜੀ ਰੁਲ ਨਹੀਂ ਦੇਣਾ ਮੇਰਾ ਪਿਆਰਾ ਬਾਪ ਜੀ ਨਾ ਧੀਏ ਨਾ ਨੇਣਾ ਬੱਜੂਗਾ ਨੀ ਜੱਗਦਾ ਧੀ ਦੇ ਵਾਰ ਬਹਿੰਦਾ ਮੈਂ ਚੰਗਾ ਨਹੀਂ ਉਹ ਲੱਗਦਾ ਮੇਰੇ ਚਾਹ ਪੂਰੇ ਕੀਤੇ ਬਾਪੂ ਤੁਸੀਂ ਹਰ ਰੁੱਤ ਜੀ ਧੀ ਨਹੀਂ ਹਾਂ ਮੈਂ ਤੁਹਾਡਾ ਪੰਜਵਾਂ ਪੁੱਤ ਜੀ ਇੰਨੀ ਗੱਲ ਸੁਣ ਸ਼ੇਰਾ ਹੋ ਗਿਆ ਮੈਂ ਖੜਾ ਸੀ ਉਸ ਵੇਲੇ ਧੀ ਉੱਤੇ ਮਾਣ ਹੋਇਆ ਬੜਾ ਸੀ ਫੜ ਕੇ ਬਾਂ ਧੀ ਨੇ ਕਾਰ ਚ ਬਿਠਾਇਆ ਸੀ ਇਸੇ ਤਰ੍ਹਾਂ ਬਸ ਸ਼ੇਰਾ ਚੰਡੀਗੜ੍ਹ ਆਇਆ ਸੀ ਸੇਵਾ ਕਰਦੇ ਨੇ ਬਹੁਤ ਚੱਕ ਦਿੱਤੀ ਤੰਗੀ ਜੀ ਆ ਦੇਖ ਸਿਹਤ ਪਹਿਲਾਂ ਨਾਲੋਂ ਹੋ ਗਈ ਆ ਚੰਗੀ ਜੀ ਹੌਲੀ ਹੌਲੀ ਪਹਿਲਾਂ ਨਾਲੋਂ ਬਦਲ ਗਿਆ ਟਾਈਮ ਜੀ ਧੀਆਂ ਨਾਲੋਂ ਪੁੱਤ ਚੰਗੇ ਇਹ ਤਾਂ ਐਵੇਂ ਵਹਿਮ ਜੀ ਸਹਾਰਾ ਬਣ ਖੜਦੀਆਂ ਨੇ ਮਾਂ ਬਾਪ ਦੇ ਹਰ ਦੁੱਖਾਂ ਚ ਹਾੜਾ ਹੀ ਕਤਲ ਕਰਵਾਇਓ ਨਾ ਕੁੱਖਾਂ ਚ ਇੱਕੋ ਗੱਲ ਕਹਿੰਦਾ ਚੈਲਾ ਨੱਥਾ ਸਿੰਘ ਸਰਦਾਰ ਹੋਏ ਧੀਆਂ ਨੂੰ ਵੀ ਪੁੱਤਾਂ ਜਿੰਨਾ ਕਰਿਓ ਪਿਆਰ ਹੋਏ ਧੀਆਂ ਨੂੰ ਵੀ ਪੁੱਤਾਂ ਜਿੰਨਾ ਦਿਓ ਸਤਿਕਾਰ ਹੋਏ ਧੀਆਂ ਨੂੰ ਵੀ ਪੁੱਤਾਂ ਜਿੰਨਾ ਕਰਿਓ ਪਿਆਰ ਹੋਏ।